ਵਾਹਿਗੁਰੂ ਤੂੰ ਮੈਨੂੰ ਪਿਤਾ ਕਹਿ ਸਕਣਾ ਤੇ ਤੂੰ ਉਸ ਦਿਨ ਤੋਂ ਮੇਰਾ ਪੁੱਤਰ ਬਣ ਜਾਏਗਾ ਕਿਰਪਾ ਕੀਤੀ ਪਿਓ ਮਿਲ ਜੇ ਕਲਗੀ ਧਰ ਵਰਗਾ ਜਿਹਨੂੰ ਸਾਹਿਬ ਕੌਰ ਜਹੀ ਮਾਂ ਮਿਲ ਜਾਏ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਜਿਹਨੂੰ ਆਨੰਦਪੁਰ ਵਰਗੀ ਥਾਂ ਉਹਨੇ ਹੋਰ ਕੀ ਲੈਣਾ ਧਿਆਨ ਦੇਣਾ ਖਾਲਸਾ ਜੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਗਏ ਤੇ ਮਹਾਰਾਜ ਜਦੋਂ ਉਤਰੇ ਘੋੜੇ ਤੋਂ ਕਹਿੰਦੇ ਸਤਿਗੁਰੂ ਕਿਵੇਂ ਬਣ ਗਏ ਇਹ ਤੇ ਰਾਜਿਆਂ ਵਰਗਾ ਠਾਠ ਹੈ ਤੇ ਸਿੱਖ ਮਹਾਰਾਜ ਦੇ ਨਾਲ ਸੰਨਾ ਜਿਹੜੇ ਉਹ ਆਂਦੇ ਗੱਲ ਸੁਣੋ ਸਾਡੇ ਪਿਤਾ ਨੂੰ ਐਸਾ ਨਾ ਆਖੋ ਇਹ ਰਾਜੇ ਵੀ ਨੇ ਇਹ ਜੋਗੀ ਵੀ ਪੂਰੇ ਨੇ ਇਹਨਾਂ 'ਚ ਸਾਰੇ ਹੀ ਗੁਣ ਨੇ ਮੇਰਾ ਕਲਗੀਆਂ ਵਾਲਾ ਜੀ ਰਾਜ ਮੈਂ ਰਾਜਾ ਜੋ ਮੈਂ ਜੋਗੀ ਮੇਰਾ ਕਲਗੀਆਂ ਵਾਲਾ ਜੀ ਰਾਜ ਮੈਂ ਰਾਜਾ ਜੋ ਮੈਂ ਜੋਗੀ ਕਲਗੀਆਂ ਵਾਲਾ ਜੀ ਰਾਜ ਮੈਂ ਰਾਜਾ ਜੋ ਮੈਂ ਜੋਗੀ ਸੱਜ ਕੇ ਕਲਗੀਆਂ ਵਾਲਾ ਜੀ ਰਾਜ ਮੈਂ ਰਾਜਾ ਜੋ ਮੈਂ ਜੋਗੀ ਜੋਗ ਮੈਂ ਜੋਗੀ ਤਪ ਮੈਂ ਤਪਿਸਰ ਗ੍ਰਸਤ ਮੈਂ ਭੋਗੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਤੋਂ ਉਤਰੇ ਬਹਿ ਗਏ ਪਲੰਗੇ ਉੱਤੇ ਜਾ ਕੇ ਉਹਦੇ ਚੇਲਿਆਂ ਨੂੰ ਬੜਾ ਗੁੱਸਾ ਚੜਿਆ ਮਹਾਰਾਜ ਆਖਣ ਲੱਗੇ ਭਾਈ ਦੱਸੋ ਮਾਧੋ ਦਾਸ ਕਿੱਥੇ ਹੈ ਕਹਿੰਦੇ ਬੈਠੋ ਬੁਲਾ ਕੇ ਲਿਆਉਂਦੇ ਦੌੜੇ ਜਾ ਕੇ ਮਾਧੋ ਦਾਸ ਦੇ ਕੰਨ ਭਰ ਦਿੱਤੇ ਆਖਣ ਲੱਗੇ ਮਾਧੋ ਦਾਸ ਜੀ ਮਾ ਪੁਰਸ਼ੋ ਆਪਣੇ ਡੇਰੇ ਦੇ ਉੱਤੇ ਵੇਖੋ ਕੋਈ ਬਾਦਸ਼ਾਹ ਆਇਆ ਹੈ ਉਹ ਕੱਪੜੇ ਰਾਜੇ ਮਹਾਰਾਜਿਆਂ ਵਾਲੇ ਨੇ ਉਹਦੇ ਸੇਵਕ ਉਹਨੂੰ ਸਤਿਗੁਰੂ ਦੱਸਦੇ ਨੇ ਗੁਰੂ ਗੋਬਿੰਦ ਸਿੰਘ ਉਹ ਆਏ ਨੇ ਤੇ ਛੇਤੀ ਕਰੋ ਪਲੰਗੇ ਤੇ ਬੈਠੇ ਨੇ ਮਾਰ ਦਿਓ ਪਲੰਗਾ ਮੂਦਾ ਬੜੇ ਹੰਕਾਰ ਵਾਲੇ ਜਾਪਦੇ ਨੇ ਪਰ ਉਹ ਤੇ ਹੰਕਾਰ ਕੱਢਣ ਆਏ ਸੀ ਸੱਚੇ ਪਾਤਸ਼ਾਹ ਤੇ ਮਹਾਰਾਜ ਬੈਠ ਗਏ ਸਤਸੰਗਤ ਪਲੰਗੇ ਦੇ ਉੱਤੇ ਤੇ ਮਾਧੋ ਦਾਸ ਨੇ ਫਿਰ ਆਖਿਆ ਕੋਈ ਗੱਲ ਹੀ ਨਹੀਂ ਵੇਖਿਓ ਹੁਣੇ ਹੀ ਪਲੰਗਾ ਮੂਧਾ ਮਾਰ ਦੇਣਾ ਹੈ ਤੇ ਜਦੋਂ ਕੋਸ਼ਿਸ਼ ਕੀਤੀ ਗਈ ਕਹਿੰਦੇ ਨੇ ਪੰਜ ਵੀਰ ਭੇਜੇ ਸ਼ਕਤੀਆਂ ਨੇ ਪੰਜ ਵੀਰ ਭੇਜੇ ਜਿਉਂ ਹੀ ਉਹਨਾਂ ਨੇ ਪਲੰਗੇ ਨੂੰ ਹੱਥ ਪਾਇਆ ਕਹਿੰਦੇ ਇੰਨਾ ਵਜਨ ਪਾ ਦਿੱਤਾ ਮਹਾਰਾਜ ਨੇ ਕਿ ਉੱਪਰ ਚੁੱਕਿਆ ਹੀ ਨਹੀਂ ਜਾਂਦਾ ਵਾਪਸ ਆ ਗਏ ਆਖਣ ਲੱਗੇ ਉਹ ਪਲੰਗਾ ਨਹੀਂ ਚੁੱਕਿਆ ਜਾਂਦਾ ਉਹ ਤੇ ਕੋਈ ਵੱਡਾ ਹੀ ਆ ਗਿਆ ਤੇਰੇ ਨਾਲੋਂ ਵੀ ਉਹ ਨਹੀਂ ਪਲੰਗਾ ਚੁੱਕਿਆ ਜਾਂਦਾ ਫਿਰ ਮਾਧੋ ਦਾਸ ਵੈਰਾਗੀ ਆਪ ਤੁਰਿਆ ਵੇਖਾਂ ਤੇ ਸਹੀ ਜਾ ਕੇ ਕੌਣ ਆਇਆ ਤੇ ਜਦੋਂ ਆ ਕੇ ਇਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕੀਤੇ ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਨੇ ਕਿ ਮਾਧੋ ਦਾਸ ਨੇ ਜਦੋਂ ਦਰਸ਼ਨ ਕੀਤੇ ਤੇ ਧਰਤੀ ਤੇ ਡਿੱਗ ਪਿਆ ਬੇਸੁੱਖ ਸ੍ਰੀ ਅਕਾਲ ਸੁੱਧ ਬੁੱਧ ਭੁੱਲ ਗਈ
ਭਾਈ ਗੁਰਦਾਸ ਜੀ ਦਾ ਬਚਨ ਹੈ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਹੈ ਸੁਰਤ ਮੈਂ ਨਾ ਸੁਰਤਿਓ ਧਿਆਨ ਮੈਂ ਨਾ ਧਿਆਨ ਰਹਿਓ ਗਿਆਨ ਮੈਂ ਨਾ ਗਿਆਨ ਰਹਿਓ ਗਤ ਮੈਂ ਨਾ ਗਤ ਹੈ ਦਰਸ਼ਨ ਦੇਖ ਕੇ ਮਹਾਰਾਜ ਦੇ ਦਰਦਾਰ ਕਰਕੇ ਸੁੱਧ ਬੁੱਧ ਭੁੱਲ ਗਈ ਆਪਣਾ ਆਪ ਭੁੱਲ ਗਿਆ ਧਰਤੀ ਤੇ ਡਿੱਗ ਪਿਆ ਗੁਰੂ ਗੋਬਿੰਦ ਸਿੰਘ ਆਖਣ ਲੱਗੇ ਉਹਦੇ ਚੇਲਿਆਂ ਨੂੰ ਤਲੀਆਂ ਚੱਸੋ ਇਹਨੂੰ ਹੋਸ਼ ਆਵੇ ਫਿਰ ਹੋਸ਼ ਵਿੱਚ ਆਇਆ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਦੀਦਾਰ ਕੀਤੇ ਧੰਨ ਗੁਰੂ ਗੋਬਿੰਦ ਸਿੰਘ ਨੇਤਰ ਬੰਦ ਕਰਕੇ ਬੈਠੇ ਸੀ ਮਹਾਰਾਜ ਨੇ ਇੱਕਦਮ ਨੇਤਰ ਖੋਲੇ ਖੁੱਲੇ ਨੈਣ ਤੋਂ ਗਿਆ ਨਾ ਚੱਲੇ ਜਦੋਂ ਮਹਾਰਾਜ ਨੇ ਨੈਣ ਖੋਲੇ ਨੇਤਰ ਖੋਲੇ ਖੁੱਲੇ ਨੈਣ ਤੇ ਗਿਆ ਨਾ ਚੱਲੇ ਨੂਰ ਨਿਰੰਕਾਰੀ ਜੋ ਪਾਤਸ਼ਾਹ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਹੋਸ਼ ਆਈ ਤੇ ਭੱਜ ਕੇ ਚਰਨਾਂ ਤੇ ਡਿੱਗ ਪਿਆ ਮਹਾਰਾਜ ਆਖਣ ਲੱਗੇ ਮਾਧੋ ਦਾਸ ਕੀ ਕਰਨ ਲੱਗ ਪਿਆ ਆ ਕੇ ਬਿਠਾ ਕੇ ਪੜੰਗੇ ਤੇ ਸਾਧੂਆਂ ਨੂੰ ਤੇ ਪੜੰਗਾ ਮੂਧਾ ਮਾਰ ਦਿੰਦਾ ਕਿੱਧਰੋਂ ਤੂੰ ਸੂਰਮਾ ਬਣਿਆ ਫਿਰਨਾ ਓਏ ਜੇ ਸੂਰਮ ਗਤੀ ਵਿਖਾਉਣੀ ਆ ਤੇ ਜਾ ਵਿਖਾ ਉੱਥੇ ਜਿੱਥੇ ਨਿੱਕੇ ਨਿੱਕੇ ਲਾਲਾਂ ਨੂੰ ਨੀਹਾਂ ਵਿੱਚ ਜਿਣਿਆ ਜਾ ਰਿਹਾ ਇੱਧਰ ਦਾ ਸੂਰਮਾ ਉਹ ਕਦੇ ਕਹਿਰ ਨਹੀਂ ਕਮਾਉਂਦੇ ਬੰਦੇ ਰੱਬ ਦੇ ਕਦੇ ਕਹਿਰ ਨਹੀਂ ਕਮਾਉਂਦੇ ਬੰਦੇ ਰੱਬ ਦੇ ਰਜਾ ਦੇ ਵਿੱਚ ਰਾਜੀ ਰਹਿੰਦੇ ਨੇ ਰਜਾ ਦੇ ਵਿੱਚ ਰਾਜੀ ਰਹਿੰਦੇ